सत श्री अकाल जी सारिआं नूं, स्वागत है तुहाडा मेरे कुकिंग चैनल माई रैसपी दे विच। अज आपां बनाउण लगे हां जी कढ़ी पकौड़ा। एक वड्डी कौली दही दी लै लैंदे हां ते छोटी कौली असीं बेसन दी लै लवांगे। दही नूं ते बेसन नूं इक जग विच पा लैंदे हां। एक गिलास पानी पा लवांगे इस विच। इस नूं चंगी तरह मिक्स कर लैंदे हां तां कि इस विच कोई गंढा ना रहना। ਕੋਲ ਬਿਲਕੁਲ ਤਿਆਰ ਹੋ ਚੁੱਕਿਆ ਹੈ। ਹੁਣ ਅਸੀਂ ਕੜੀ ਬਣਾਉਣ ਲਈ ਮਸਾਲੇ ਤਿਆਰ ਕਰਾਂਗੇ। ਇੱਕ ਕੜਛੀ ਘਿਓ ਦੀ ਲੈ ਲਵਾਂਗੇ ਅਤੇ ਉਸਨੂੰ ਗਰਮ ਕਰਕੇ ਉਸ ਵਿੱਚ ਜੀਰਾ ਪਾਵਾਂਗੇ। ਇਸ ਵਿੱਚ ਪਾਉਣ ਲਈ ਅਸੀਂ ਇੱਕ ਕਟੋਰੀ ਵਿੱਚ ਮਸਾਲੇ ਤਿਆਰ ਕਰ ਲੈਂਦੇ ਹਾਂ। 3 ਚਮਚ ਨਮਕ, 3 ਚਮਚ ਹਲਦੀ ਪਾਊਡਰ, 1.5 ਚਮਚ ਲਾਲ ਮਿਰਚ ਪਾਊਡਰ, 1 ਚਮਚ ਗਰਮ ਮਸਾਲਾ, ਥੋੜ੍ਹਾ ਜਿਹਾ ਆਮਚੂਰ ਪਾਊਡਰ। ਹੁਣ ਅਸੀਂ ਕੱਟਿਆ ਹੋਇਆ ਪਿਆਜ਼ ਅਤੇ ਸਾਰੇ ਮਸਾਲੇ ਪਾ ਕੇ ਇਸਨੂੰ ਚੰਗੀ ਤਰ੍ਹਾਂ ਭੁੰਨਾਂਗੇ। ਮਸਾਲੇ ਵਿੱਚ 2 ਕੱਪ ਪਾਣੀ ਪਾ ਕੇ ਇਸਨੂੰ ਅਸੀਂ ਢੱਕ ਦਿੰਦੇ ਹਾਂ। ਸਾਡਾ ਮਸਾਲਾ ਪੱਕ ਕੇ ਤਿਆਰ ਹੋ ਗਿਆ। ਹੁਣ ਅਸੀਂ ਕੜੀ ਬਣਾਉਣ ਲਈ ਤਿਆਰ ਕੀਤਾ ਹੋਇਆ ਘੋਲ ਇਸ ਵਿੱਚ ਪਾਵਾਂਗੇ। ਕੜੀ ਬਿਲਕੁਲ ਤਿਆਰ ਹੋ ਚੁੱਕੀ ਹੈ। ਹਾਂਜੀ, ਹੁਣ ਆਪਾਂ ਪਕੌੜੇ ਤਿਆਰ ਕਰਨ ਲੱਗੇ ਹਾਂ। ਮਿਰਚ ਪਾਊਡਰ 1 ਚਮਚ, ਹਲਦੀ 1 ਚਮਚ ਅਤੇ ਨਮਕ 1 ਚਮਚ, ਗਰਮ ਮਸਾਲਾ ਥੋੜ੍ਹਾ ਜਿਹਾ, ਮੇਥੀ ਪਾਊਡਰ, ਬੇਸਣ ਅਸੀਂ 1 ਕੌਲੀ ਲੈ ਲੈਂਦੇ ਹਾਂ। ਪਿਆਜ਼ ਨੂੰ ਬਰੀਕ ਬਰੀਕ ਟੁਕੜਿਆਂ ਵਿੱਚ ਕੱਟ ਲਵਾਂਗੇ ਅਤੇ ਪਾਲਕ ਅਸੀਂ ਪਹਿਲਾਂ ਹੀ ਬਰੀਕ ਟੁਕੜਿਆਂ ਵਿੱਚ ਕੱਟ ਚੁੱਕੇ ਹਾਂ। ਆਲੂ ਨੂੰ ਵੀ ਪਤਲੇ ਪਤਲੇ ਕੱਟ ਲਵਾਂਗੇ ਅਤੇ ਇਸ ਵਿੱਚ ਬੇਸਣ ਨੂੰ ਮਿਕਸ ਕਰ ਲੈਂਦੇ ਹਾਂ ਅਤੇ ਨਾਲ ਹੀ ਸਾਰੇ ਮਸਾਲੇ ਪਾ ਲਵਾਂਗੇ ਅਤੇ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲਵਾਂਗੇ ਅਤੇ ਉਸ ਤੋਂ ਬਾਅਦ ਹੀ ਪਾਣੀ ਪਾਵਾਂਗੇ। ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਅਸੀਂ ਇਸ ਨੂੰ ਮਿਲਾ ਲਵਾਂਗੇ। ਇਸ ਨੂੰ ਜ਼ਿਆਦਾ ਪਤਲਾ ਨਹੀਂ ਕਰਨਾ, ਇਸ ਨੂੰ ਹਾਰਡ ਹੀ ਰੱਖਣਾ। ਕੜਾਹੀ ਵਿੱਚ ਅਸੀਂ ਤੇਲ ਗਰਮ ਕਰ ਲਿਆ ਜਿਸ ਵਿੱਚ ਪਕੌੜਿਆਂ ਨੂੰ ਫਰਾਈ ਕਰਾਂਗੇ ਅਤੇ ਸਾਰੇ ਹੀ ਪਕੌੜਿਆਂ ਨੂੰ ਅਸੀਂ 5-10 ਮਿੰਟ ਦੇ ਲਈ ਇਸੇ ਤਰ੍ਹਾਂ ਹੀ ਪਕਾਵਾਂਗੇ। ਪਕੌੜੇ ਬਿਲਕੁਲ ਫਰਾਈ ਹੋ ਚੁੱਕੇ ਆ ਅਤੇ ਸਾਰੇ ਹੀ ਪਕੌੜੇ ਨੂੰ ਅਸੀਂ ਕੜਾਹੀ ਵਿੱਚੋਂ ਕੱਢ ਲੈਂਦੇ ਹਾਂ। ਤੇਲ ਨੂੰ ਚੰਗੀ ਤਰ੍ਹਾਂ ਨਿਚੋੜ ਲਵਾਂਗੇ ਤਾਂ ਕਿ ਪਕੌੜਿਆਂ ਦੇ ਵਿੱਚ ਜਿਹੜਾ ਉਹ ਤੇਲ ਰਹਿ ਨਾ ਜਾਵੇ। ਲਓ ਜੀ, ਪਕੌੜੇ ਬਣ ਕੇ ਬਿਲਕੁਲ ਤਿਆਰ ਹੋ ਚੁੱਕੇ ਆ। ਹੁਣ ਸਾਡੀ ਕੜੀ ਬਿਲਕੁਲ ਤਿਆਰ ਹੋ ਚੁੱਕੀ ਹੈ ਅਤੇ ਇਸ ਵਿੱਚ ਅਸੀਂ 1 ਚਮਚ ਮੇਥੀ ਪਾਊਡਰ ਪਾਵਾਂਗੇ। ਮੇਥੀ ਪਾਊਡਰ ਨਾਲ ਕੜੀ ਬਹੁਤ ਜ਼ਿਆਦਾ ਸਵਾਦ ਬਣਦੀ ਹੈ। ਤੁਸੀਂ ਇੱਕ ਵਾਰ ਮੇਰੇ ਤਰੀਕੇ ਨਾਲ ਕੜੀ ਜ਼ਰੂਰ ਬਣਾ ਕੇ ਦੇਖਿਓ। ਇਸ ਤਰ੍ਹਾਂ ਕੜੀ ਪਕੌੜਾ ਬਣਾਇਆ ਬਹੁਤ ਜ਼ਿਆਦਾ ਵਧੀਆ ਬਣੇਗਾ। ਕੜੀ ਵਿੱਚ ਹੁਣ ਅਸੀਂ ਤਿਆਰ ਕੀਤੇ ਹੋਏ ਪਕੌੜੇ ਪਾ ਦਿੰਦੇ ਹਾਂ। ਪਕੌੜੇ ਪਾਉਣ ਤੋਂ ਬਾਅਦ ਇਸ ਨੂੰ 4-5 ਮਿੰਟਾਂ ਦੇ ਲਈ ਅਸੀਂ ਸੇਕ ਲਵਾਵਾਂਗੇ। ਲਓ ਜੀ, ਕੜੀ ਪਕੌੜਾ ਹੁਣ ਬਿਲਕੁਲ ਤਿਆਰ ਹੋ ਚੁੱਕਿਆ। ਤੁਸੀਂ ਵੀ ਇਸ ਤਰੀਕੇ ਨਾਲ ਕੜੀ ਪਕੌੜਾ ਜ਼ਰੂਰ ਬਣਾ ਕੇ ਦੇਖਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ।